ਬੱਟੂ ਸਾਹਿਬ 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 ਸ਼ੇਰ ਪੇਸ਼ ਕਰ ਰਿਹਾ 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 ਤਵੱਜੋ ਦਾ ਤਲਬ ਕਰਾਂ ਭਾਈ ਬਾਬਰ 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 ਕਿ ਮੈਨੂੰ ਆਪ ਦੀ ਪੁੱਛੀ ਹੋਈ ਯਾਦ ਆ ਗਈ ਜਦਾਂ ਕਹਿ ਘਰ ਬਲਦੀ ਯਾਦ ਵੇਖੀ ਠੱਗਬਾਜ਼ ਮੂਲਾ ਸਿੰਘ ਇਹ ਟੁਕੜਿਆ ਮੇਰੀ ਕਾਈ ਚੰਗਿਆਈ ਨਾ ਠੱਗ ਵੇਖੀ ਠੱਗਬਾਜ਼ ਮੂਲਾ ਸਿੰਘ ਇਹ ਲੁੱਟਿਆ ਮੇਰੀ ਕਾਈ ਚੰਗਿਆਈ ਨਾ ਠੱਗ ਵੇਖੀ ਤੇ ਕੀ ਹੋਇਆ ਅੰਨੇ ਦਾ ਇਤਬਾਰ ਚਮੈਂ ਕੀਤਾ ਕਦੀ ਫਖਰ ਤੇ ਮਾਣ ਮਿਹਰਬਾਨੀ ਸ਼ਾਹ ਸਾਹਿਬ ਅੱਲਾ ਦਿੱਤੇ ਹੈ ਸੱਜਣ ਤੇ ਬਖਤ ਅਨੋਖੇ ਕਦੀ ਫਖਰ ਤੇ ਮਾਣ ਨਹੀਂ ਕੀਤਾ ਖੁਦ ਚਲਿਆ ਘਾਟਾ ਲੱਗਦਿਆਂ ਦਾ ਅੱਜ ਤਾਈਂ ਨੁਕਸਾਨ ਨਹੀਂ ਕੀਤਾ ਤੇ ਭਾਵੇਂ ਵਕਤ ਅਜ਼ਮਾਇਸ਼ਾਂ ਕੀਤੀਆਂ ਹਨ ਕਮਜ਼ੋਰ ਇਮਾਨ ਨਹੀਂ ਕੀਤਾ ਉਹ ਸੱਜਣਾ ਦੇ ਪਿੜ ਵਿੱਚ ਭਰਮ ਬਣਾ ਕੇ ਹੁਣ ਤਵੱਜੋ ਕਰਿਆ ਅਗਲੇ ਸੇ ਸੱਜਣਾ ਦੇ ਪਿੜ ਵਿੱਚ ਭਰਮ ਬਣਾ ਕੇ ਪਿੱਛੇ ਕਦੀ ਅਰਮਾਨ ਨਹੀਂ ਕੀਤਾ ਹੁਣ ਜਿਹੜਾ ਦੌੜਾ ਮੈਂ ਸਜਣਾ ਦੀ ਨਜ਼ਰ ਕਰ ਰਿਹਾ ਨਾ ਮੈਂ ਉਮੀਦ ਕਰਨਾ ਕਿ ਇਨਸ਼ਾਅੱਲਾ ਤਾਲਾ ਬੜੀ ਮੁਹੱਬਤ ਨਾਲ ਮਿਹਰਬਾਨੀ ਕਰਨੀ ਔਰ ਬੜੀ ਸ਼ੌਕ ਨਾਲ ਸੁਣਸੋ ਕਿ ਅਸੀਂ ਗੁਜਰ ਸਾਹਿਬ ਬੈਠੇ ਹੋ ਅਸੀਂ ਰਾਤ ਇਨਸਾਨ ਦੇ ਭਾਂ ਬੇਲੀ ਚਿੱਤੂ ਬਸ਼ਰ ਦੇ ਲੱਗਦੇ ਨਹੀਂ ਸਲਾਮਤ ਰਹੋ ਬੜੀ ਮਿਹਰਬਾਨੀ ਅਗਰ ਸਮਝ ਆਵੇ ਆਖਰੀ ਫਿਕਰ ਤੱਕ ਦਾਤ ਦੇਣੀ ਅਸੀਂ ਰਾਤ ਇਨਸਾਨ ਦੇ ਬਾਂ ਬੇਲੀ ਚਿੱਤੂ ਬਸ਼ਰ ਦੇ ਲੱਗਦੇ ਨਹੀਂ ਆਏ ਕਦੀ ਯਾਰ ਵਿਸਾ ਕੇ ਸਜਣਾ ਨੂੰ ਅਸੀਂ ਬਿਲਕੁਲ ਠੱਗਦੇ ਨਹੀਂ ਆਏ ਕਦੀ ਯਾਰ ਵਿਸਾ ਕੇ ਸਜਣਾ ਨੂੰ ਅਸੀਂ ਬਿਲਕੁਲ ਠੱਗਦੇ ਨਹੀਂ ਆਏ ਤੇ ਸਾਨੂੰ ਸਿਰ ਤੇ ਵਸਣ ਦਾ ਬਲ ਹੁੰਦਾ ਹੈ ਸਾਨੂੰ ਸਿਰ ਤੇ ਵਸਣ ਦਾ ਬਲ ਹੁੰਦਾ ਹੈ ਐਵੇਂ ਬਿਲਕੁਲ ਗੱਜਦੇ ਨਹੀਂ ਆਏ ਵਿੱਚ ਪਿੜ ਦੇ ਮਰਨ ਕਬੂਲ ਮੁਲਾਜ਼ਮ ਪਰ ਪਿੜ ਵਿੱਚ ਵੱਜਦੇ ਨਹੀਂ ਸਲਾਮਤ ਰਹੋ ਬਾਬਰ ਭਾਈ ਬੜੀ ਮਿਹਰਬਾਨੀ ਰਸ਼ਕ ਭਾਈ ਬੜੀ ਮਿਹਰਬਾਨੀ ਸਲਾਮਤ ਰਹੋ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਅੱਲਾ ਸਲਾਮਤ ਮਿਹਰਬਾਨੀ ਜਲਾਨੀ ਉਹ ਛੁਰੀਆਂ ਵੀ ਮਰੇ ਨਾ ਜ਼ਰਾ 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 ਮਿਹਰਬਾਨੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਠੀਕ ਸਲਾਮਤ ਰੱਖੇ ਜੀ ਚਿੱਤੂ ਬਸ਼ਰ ਦੇ ਲੱਗਦੇ ਨਹੀਂ ਆਏ ਕਦੀ ਯਾਰ ਵਿਸਾ ਕੇ ਸਜਣਾ ਨੂੰ ਅਸੀਂ ਬਿਲਕੁਲ ਠੱਗਦੇ ਨਹੀਂ ਆਏ ਤੇ ਸਾਨੂੰ ਸਿਰ ਤੇ ਵਸਣ ਦਾ ਵੱਲ ਹੁੰਦਾ ਮਾਰਗੋਪ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਕਿ ਸਾਨੂੰ ਸਿਰ ਤੇ ਵਸਣ ਦਾ ਬਲ ਹੁੰਦਾ ਐਵੇਂ ਬਿਲਕੁਲ ਗੱਜਦੇ ਨਹੀਂ ਆਏ ਵਿੱਚ ਪਿੜ ਦੇ ਮਰਨ ਕਬੂਲ ਮੁਲਾਜ਼ਮ ਪਰ ਪਿੜ ਵਿੱਚ ਵੱਜਦੇ ਨਹੀਂ ਆਏ ਇਸੇ ਜ਼ਿਮਨ ਦੇ ਵਿੱਚ ਕਿ ਅਸੀਂ ਜਿਹੜੇ ਨਸਲੀ ਤੇ ਖੁਦਦਾਰ ਹੋਵਣ ਬੰਦੇ ਗੀਤ ਉਹਨਾਂ ਦੇ ਗਾਉਂਦੇ ਸਲਾਮਤ ਰਹੋ ਜਿਹੜੇ ਨਸਲੀ ਤੇ ਖੁਦਦਾਰ ਹੁੰਦੇ ਬੰਦੇ ਗੀਤ ਉਹਨਾਂ ਦੇ ਗਾਉਂਦੇ ਦੁਸ਼ਮਣ ਦੀ ਕੀਤੀ ਹੋਈ ਨਿੱਕੀ ਜੀ ਗੱਲ ਭਲਾ ਕਦਣ ਕੋਈ ਦੁਸ਼ਮਣ ਸੁਣਦੇ ਦੁਸ਼ਮਣ ਦੀ ਕੀਤੀ ਹੋਈ ਨਿੱਕੀ ਜੀ ਗੱਲ ਉਹ ਭਲਾ ਕਦਣ ਕੋਈ ਦੁਸ਼ਮਣ ਸੁਣਦੇ ਤੇ ਕਦੀ ਗੈਰਤਮੰਦ ਇਨਸਾਨ ਮੁਲਾਜ਼ਮ ਉਹ ਨਹੀਂ ਵਿਕਦੇ ਮਰਦਾ ਜਾਂਦੇ ਉਹ ਚਿੱਤੂ ਪਿੜ ਵਿੱਚ ਬੰਜਨ ਕੰਡ ਕਰਕੇ ਪਰ ਮਰਦ ਖਲੋਤੇ ਬੜੀ ਮਿਹਰਬਾਨੀ
ਅੱਲਾ ਸੱਜਣ ਜੇ ਦੇਵੇ ਤਾਂ ਹੀ ਹੋ ਜਾਵੇ। ਕੀ ਹੋ ਜਾਵੇ? ਨੂਰ ਖਿਦਰਾਣਾ ਸਾਹਿਬ, ਅੱਲਾ ਸੱਜਣ ਜੇ ਦੇਵੇ ਤਾਂ ਹੀ ਹੋ ਜਾਵੇ। ਜਿਹੜੇ ਮੁਖਲਿਸ ਤੇ ਲੱਜਦਾਰ ਹੁੰਦੇ ਉਹ ਵੇਲੇ ਭੀੜ ਦੇ ਨਾਰੇ ਮਾਰ ਕੇ ਆਉਂਦੇ ਨੇ, ਜਿਹੜੇ ਨਾਰੇ ਵੇਲੇ ਭੀੜ ਦੇ ਨਾਰੇ ਮਾਰ ਕੇ ਆਉਂਦੇ ਨੇ, ਜਿਹੜੇ ਸੰਗਤ ਦੇ ਦਾਅਵੇਦਾਰ ਹੁੰਦੇ ਨੇ ਤੇ ਘਾਟੇ ਜਲ ਕੇ ਸੱਜਣ ਦੀ ਕੰਧ ਕੱਜਦੇ ਨੇ। ਮਿਹਰਬਾਨੀ, ਘਾਟੇ ਜਲ ਕੇ ਸੱਜਣ ਦੀ ਕੰਧ ਕਰਦੇ ਨੇ। ਮੁਲਾਜ਼ਮ ਜਿਹੜੇ ਜਿਗਰੀ ਯਾਰ ਹੁੰਦੇ ਉਹ ਭਾਵੇਂ ਕਿਹੜੀ ਰਈਆ ਤਾਂਦੀਰ ਹੋਵੇ, ਸਰਦਾਰ ਆਖਿਰ ਸਰਦਾਰ ਹੁੰਦੇ। ਮਿਹਰਬਾਨੀ ਜਨਾਬ, ਦੌੜਾ ਪੇਸ਼ ਕਰ ਰਿਹਾ ਕਿ ਅੱਲਾ ਸੱਜਣ ਜੇ ਦੇਵੇ ਤਾਂ ਹੀ ਹੋ ਜਾਵੇ। ਅੱਲਾ ਸੱਜਣ ਜੇ ਦੇਵੇ ਤਾਂ ਹੀ ਹੋ ਜਾਵੇ। ਜਿਹੜੇ ਮੁਖਲਸ ਤੇ ਲੱਜਦਾਰ ਹੁੰਦੇ ਕਿਵੇਂ? ਉਹ ਵੇਲੇ ਭੀੜ ਦੇ ਨਾਰੇ ਮਾਰ ਕੇ ਆਉਂਦੇ ਨੇ, ਜਿਹੜੇ ਸੰਗਤ ਦੇ ਦਾਅਵੇਦਾਰ ਹੁੰਦੇ ਤੇ ਘਾਟੇ ਜਲ ਕੇ ਸੱਜਣ ਦੀ ਕੰਧ ਕੱਜਦੇ ਨੇ। ਜਨਾਬ, ਘਾਟੇ ਜਲ ਕੇ ਸੱਜਣ ਦੀ ਕੰਧ ਕੱਜਦੇ ਨੇ। ਮੁਲਾਜ਼ਮ ਜਿਹੜੇ ਜਿਗਰੀ ਯਾਰ ਹੁੰਦੇ ਉਹ ਭਾਵੇਂ ਜਿਹੜੀ ਰਈਆ ਤੰਦੀਰ ਹੋਵੇ, ਸਰਦਾਰ ਆਖਿਰ ਸਰਦਾਰ ਹੁੰਦੇ। ਮੈਂ ਦਬਦ ਸੁਖਮ ਦੇ ਰਿਹਾ ਇਲਾਕਾ ਰਹੀ ਸਾਹਿਬਾਲ ਕਿਬਲਾ ਹਜ਼ਰਤ ਪੀਰ ਸੈਨ ਸ਼ਾਹ ਸ਼ਿਰਾਜ਼ੀ ਸਭ ਤਸਬੀਲਾ ਜੀ ਆਇਆਂ ਨੂੰ ਭਰਪੂਰ ਤਾਲੀਆਂ ਨਾਲ ਇਸਤਬਾਲ ਕਰਨਾ। ਸਾਡੇ ਅੱਜ ਦੇ ਮਹਿਮਾਨ ਜਨਾਬ ਕਿਬਲਾ ਜ਼ੈਨ ਸ਼ਾਹ ਸ਼ਿਰਾਜ਼ੀ ਆਪ ਸਾਹਿਬਾ। ਲੰਮੀ ਗੱਲ ਪੈ ਗਈ, ਦੌੜਾ ਸੁਣਾਉਂਗਾ ਇਨਸ਼ਾਅੱਲਾ। ਅੱਲਾ ਦੇ ਅਗਲੇ ਸਾਲ ਤੇ ਯਾਦ ਰੱਖੋ।